पूरी फैक्ट्री ने उठ के क्या पा नहीं ईमानदार आदमी इन फैक्ट्री मैनेजर ना लाओ इन इस्लामाबाद छोड़ो ताकि रवाज से पवे बड़े मैनेजर उठे आए होंगे पुत्र गंजे गंजे ढिले ढिले वखरा ही लगता किले वेले कुकड़ फिरन डे इस घर च सब तो पुरानी तू है तेरा तो गारंटी कार्ड भी मुक गया है। हाय मेरा गारंटी कार्ड मुक गया तुसी भी बड़ा टीवियां दे वेले रहे हो मेरे अपरवर दी गारा मेरे मालका औरतां किन्हां नूं दित्तियां ने जिहड़ियां लाड कर दियां ते मजे आउंदे ने लाड हो लगता नहीं कुछ ना पुत्र गया अपना इलाज करा तेरे च मर्दाना कूबता मदद नहीं कपड़े इस्त्री करते नहीं कपड़े इस्त्री करके टंग दिते ने हुण मैनूं सिर्फ इह दस्सो कि नाश्ते च की बनावां जो मर्जी बना ले हाय मेरा ते अज बस नहीं चलन दिया मेरा दिल करदा मैं चूरियां कुट कुट के खुआवां फजूल खर्च औरत चूरियां कुटन नहीं है तोता कड़ा रखे गंजा सानू खो चूरियां तुझे क्यों खिलाए काले कौवे कौवा नहीं खा सकता जमहूरियत आ कौवा क्यों नहीं खा सकता कल टीवी च कवि साहब दिखाण डए सन वाह तुमको चूरी की मैं नहीं मोबाइल में कुट कुट के खिलाएगी कर लो गल मैं 70 सीडी रांझे वो तुमसे अच्छा तो रांझे का मुरली होता है शक्ल देखा कभी अपना मैं पागल है शक्ल देखा शीशे की तकलीफ दे शीशा मुझे राह दे रहे साढ़े मोड़े ने शीशे भी लहरा रहे हैं मेरे गरीबों ने गर्म पानी लाओ गरीबों के शीशे टुटिया पिचर होंदिया और गरीब का मूह वड्डा हो दाल चौल खा खा गरीब किसे दाड़ी मुंदी खुरे आली कर दे कोल रख के अल्लाह माफी दे बुरी हालत होंगी गरीब किसे दाड़ी मुंदा वे ज़्यादा तमाशा निकाल सकता है पादरी तुमको पता नहीं
ਲਾਵੀ ਤੈਨੂੰ ਤਾਂ ਪੰਜਾਬੀ ਬੋਲ ਆਉਂਦੀ ਆ, ਤੈਨੂੰ ਤਾਂ ਕਾਂਜੀ ਦਾ ਵੀ ਪਤਾ ਫਟਾਣੀ ਹੈ। ਵੋ ਕੋਈ ਪਟਾਨ, ਕੋਈ ਪੰਜਾਬੀ, ਕੋਈ ਸਿੰਧੀ, ਕੋਈ ਬਲੋਚੀ ਨਹੀਂ ਹੈ, ਹਮ ਸਭ ਪਾਕਿਸਤਾਨੀ ਹੈ। ਤੁਮ ਜੈਸੇ ਮੁਨਾਫਿਕ ਲੋਗੋ ਨੇ ਪਰਖ ਡਾਲਾ ਹੈ। ਬੜੀ ਛੇਤੀ ਰਲੇ ਭਾਈ ਉਹਦੇ ਨਾਲ। ਅੱਜ ਮੈਂ ਮੁਨਾਫਕ ਹੋ ਗਈ। ਸਿਆਣੇ ਸਹੀ ਆਉਂਦੇ ਆ, ਬੰਦਾ ਮੰਗੇ ਆਟਾ ਉਹਨੂੰ ਆਟੇ ਵੀ ਕਾਟਾ, ਬੁੱਢੀ ਮੰਗੇ ਪੇੜਿਆਂ ਨੂੰ ਦੇਣ ਵਾਲੇ ਬਥੇਰੇ। ਅਸੀਂ ਰੇੜੀ ਤੇ ਜਾਈਏ ਨਾ ਕੇਲਿਆਂ ਦੇ, ਆ ਵੀ ਕੇਲਾ ਕਿਸ ਤਰ੍ਹਾਂ ਤੇ ਝਲਣੀਆਂ ਮਾਰਦਾ ਭਰਾ ਨੂੰ ਭਰਾ। ਤੇ ਔਰਤਾਂ ਹਸਰ ਮਰੂਦ ਲੈਣ ਤੇ ਤਰੇ ਕੇਲੇ ਐਵੇਂ ਫੜਾ ਦਿੰਦੇ ਆ ਵੀ ਲੈ ਜਾ। ਆਪਣੀ ਬੀਵੀ ਮੋਟਰਸਾਈਕਲ ਦੇ ਪਿੱਛੇ ਪਾ ਜਾਂਦੀ ਆ, ਇਸ਼ਾਰੇ ਤੇ ਰੁਕਦੇ ਤੇ ਅਗਲੀ ਨੂੰ ਵੇਖਣਾ ਹੁੰਦੇ। ਟ੍ਰੈਫਿਕ ਦਾ ਸਿਪਾਹੀ ਆਉਂਦਾ ਕਹਿੰਦਾ ਭਾਅ ਜੀ ਤੁਹਾਡਾ ਇਸ਼ਾਰਾ ਖੁੱਲ ਗਿਆ, ਇਸ ਤੋਂ ਜ਼ਿਆਦਾ ਬੱਤੀ ਹਰੀ ਨਹੀਂ ਹੋਈ, ਨਿਕਲ ਜਾਓ। ਇਹਦੇ ਇੱਕ ਮੇਮ ਵੇਖ ਲੈ ਨਾ, ਸ਼ਾਹੀ ਕਿਰਾ ਫਿਰਦੀ ਸਾਰੀ ਦਿਹਾੜੀ ਉਹਦੇ ਮਗਰ। ਆ ਮੇਮ ਹੀ ਹੈ ਮੇਮ। ਪਟ ਗੁੰਮ ਕਰੋ। ਉਹ ਮੈਨੂੰ ਹੱਥ ਵੀ ਵੇਖਣਾ ਆਉਂਦਾ। ਅੱਛਾ, ਕਿਸਮਤ ਦੀਆਂ ਲਕੀਰਾਂ ਦਾ ਦੇਖੋ ਔਰ ਬਤਾਓ ਮਾਰਾ ਸ਼ਾਦਾ ਕਬ ਹੋਗਾ। ਅੱਛਾ, ਡਰਨ ਵਾਲੀ ਕੋਈ ਗੱਲ ਨੀ, ਦੋ ਮਿੰਟ ਇੰਜ ਹੁੰਦਾ ਹੁੰਦਾ, ਹੁਣੇ ਠੀਕ ਹੋ ਜਾਣਾ। ਮੈਂ ਥੱਲੇ ਮਰੀ ਚਲਾ ਗਿਆ, ਉੱਤੋਂ ਮੁਲਤਾਨ ਸਿੱਧੀ। ਉਹ ਦੇਖੋ, ਵਾਹ ਵੀ ਵਾਹ, ਤੇਰਾ ਵਿਆਹ ਨਾ ਜਿਹੜਾ ਕਿਸੇ ਕਾਲੇ ਜਿਹੇ ਬੰਦੇ ਨਾਲ ਹੋਣਾ। ਕਾਲਾ? ਹਾਂ, ਗੁਜਰਾਂ ਵਾਲੇ ਹੋਣਾ ਤੇਰਾ ਵਿਆਹ, ਗੁਜਰਾਂ ਵਾਲੇ ਨਹੀਂ, ਗੁਜਰ ਖਾਂ ਹੋਣਾ, ਗੁਜਰ ਖਾਂ। ਗੁਜਰ ਖਾਂ ਵੀ ਨਹੀਂ, ਕਿਸੇ ਗੁਜਰ ਨਾਲ ਹੋਣਾ ਤੇਰਾ ਵਿਆਹ, ਕਿਸੇ ਗੁਜਰ ਨਾਲ ਹੋਣਾ, ਕਿਉਂਕਿ ਤੇਰੀ ਕਿਸਮਤ ਦੀ ਲਕੀਰ ਤੇ ਮੱਝ ਦੀ ਪੂਛਲ ਬਣੀ ਆ। ਉਹ ਹਮ ਕਿਸੇ ਗੁਜਰ ਕੇ ਸਾਥ ਸ਼ਾਦਾ ਨਹੀਂ ਕਰੇਗਾ। ਗੁਜਰ ਨਾਲ ਸ਼ਾਦਾ ਨਹੀਂ ਕਰੇਗਾ, ਗੁਜਰ ਚੌਧਰੀ ਹੁੰਦੇ ਆ, ਜ਼ਿਮੀਦਾਰ ਹੁੰਦੇ ਆ, ਕਮਲੀ ਤੇ ਨਹੀਂ ਹੋਈ ਤੂੰ। ਹਮ ਕੋ ਗੁਜਰ ਅੱਛਾ ਲੱਗਦੇ ਨਹੀਂ ਹੈ। ਗੁਜਰ ਨਹੀਂ ਤੈਨੂੰ ਚੰਗਾ ਲੱਗਦਾ? ਨਹੀਂ। ਤੂੰ ਗੁਜਰ ਨਾਲ ਵਿਆਹ ਨਹੀਂ ਕਰਾਉਣਾ? ਉਹ ਨਹੀਂ ਕਰਾਉਣਾ। ਤੇ ਮੈਨੂੰ ਕਸਮ ਚੁਕਾ ਲੈ, ਮੈਂ ਗੁਜਰ ਤੇ ਨਹੀਂ, ਮੈਂ ਤੇ ਐਵੇਂ ਬਣਿਆ ਵਾਂ, ਮੈਂ ਗੁਜਰ ਕਦੋਂ ਆ? ਮੈਂ ਫਿਰਦਾ ਸਾਂ ਰਿਆਜ਼ ਗੁਜਰ ਨਾਲ, ਰਿਆਜ਼ ਭਲਵਾਨ ਨਾਲ ਫਿਰਦਾ ਸਾਂ, ਅਕਰਮ ਗੁਜਰ ਨਾਲ, ਅਕਰਮ ਗੁਜਰ ਨਹੀਂ, ਇਹਨਾਂ ਨਾਲ ਫਿਰਦਾ ਹਾਂ ਤਾਂ ਲੋਕ ਮੈਨੂੰ ਗੁਜਰ ਕਹਿੰਦੇ ਸਨ, ਸਮਝਦੇ ਹਨ। ਮੈਂ ਆਪ ਕਦੋਂ ਗੁਜਰਿਆ? ਉਹ ਤਾਂ ਫਿਰ ਮੈਨੂੰ ਪੱਪੂ ਨੇ ਮੱਝਾਂ ਲਾ ਕੇ ਦਿੱਤੀਆਂ ਪੰਜ ਸੱਤ, ਉਹ ਕਹਿੰਦਾ ਲਾਂਤੀ ਇੱਥੇ ਨਾ ਵੜੀਓ। ਮੈਂ ਆਪ ਕਦੋਂ ਗੁਜਰਿਆ? ਤੂੰ ਕੀ ਹੈ ਫਿਰ? ਮੈਂ ਤਾਂ ਗਗੜਾ ਸਾਂ ਸੀ। ਉਹ ਇਹ ਗਗੜਾ ਕੀ ਹੁੰਦਾ ਹੈ? ਸ਼ੁਕਰੀਆ, ਤੈਨੂੰ ਪਤਾ ਹੀ ਨਹੀਂ, ਗਗੜਾ ਬੜੀ ਵੱਡੀ ਕੌਮ ਆ। ਕੌਣ ਸਾ ਕੌਮ ਹੈ? ਆ ਲੀਡਰ, ਸਾਰੇ ਗਗੜੇ ਹੀ ਆ, ਫਰਕ ਇੰਨਾ ਗਗੜੇ, ਫਰਕ ਕੀ ਆ? ਗਗੜੇ ਜਿਹੜਾ ਵਿਆਹਾਂ 'ਤੇ ਜਾ ਕੇ ਬੋਟੀਆਂ ਤੋੜਦੇ ਆ ਲਾੜੇ ਦੇ ਪਿਓ ਦੀਆਂ, ਇਹ ਲਾੜੇ ਦਾ ਪਿਓ ਜੀਵੇ ਮੂੰਹ ਵਾਲੀ ਬੁਰਕੀ ਦੇ ਜਾ, ਇਹ ਸ਼ਖੀਆ ਤੇਰੀ ਜੀਵੇ ਜਿੰਨ ਜਵਾਨੀ ਮੂੰਹ ਵਾਲੀ ਬੁਰਕੀ ਦੇ ਜਾ। ਮੈਂ 100 ਦਾ ਲੋਟ ਲੈਣਾ, ਮੁੰਡੇ ਦਾ ਪਿਓ ਜੀਵਦਾ ਰਵੇ। ਮੁੰਡੇ ਦਾ ਪਿਓ ਤੰਗ ਆ ਕੇ ਕਹਿੰਦਾ ਮੈਂ ਨਹੀਂ ਪਿਓ, ਮੁੰਡੇ ਦਾ ਭਾਈ ਆਓ ਬੈਠੇ, ਟੈਂਟ ਵਾਲੇ ਨੇ ਪਿਓ ਬਣਾ ਦਿੰਦੇ। ਇਸੇ ਤਰ੍ਹਾਂ ਸਾਡੇ ਲੀਡਰ ਆ, ਇੱਕ ਕੁਰਸੀ ਆ ਮੁਲਕ ਦੀ, ਸਾਰੇ ਲੀਡਰ ਗਗੜਿਆਂ ਨੇ ਤਰਲੇ ਪਾਉਂਦੇ, ਇਹ ਮੈਨੂੰ ਬਾ ਦਿਓ ਉੱਤੇ ਕੁਰਸੀ ਦੇ, ਆ ਮੈਨੂੰ ਬਾ ਦਿਓ, ਆ ਮੈਨੂੰ ਬਾ ਦਿਓ, ਆ ਮੈਨੂੰ ਬਾ ਦਿਓ। ਤੁਮ ਕਰਤਾ ਕਿਆ ਹੈ ਫਿਰ? ਅਸੀਂ ਵੀ ਕੱਖ ਨਹੀਂ ਕਰਦੇ, ਤੇ ਲੀਡਰ ਨਹੀਂ ਨਾ ਚੰਗੇ, ਤੇ ਅਸੀਂ ਵੀ ਨਹੀਂ ਚੰਗੇ, ਅਸੀਂ ਵੀ ਵਿਹਲੇ ਫਿਰਨੇ ਆ, ਨਾ ਸਾਰੀ ਦਿਹਾੜੀ ਭੂੰਡੀ ਕਰਨਾ। ਉਹ ਯਾਰ ਭੂੰਡੀ ਕਿਆ ਹੁੰਦਾ ਹੈ? ਤੈਨੂੰ ਪਤਾ ਹੀ ਨਹੀਂ, ਚੰਦ ਬੰਦੇ ਕੱਢ ਕੇ ਸਾਰੇ ਕਰਨ ਡਿਆ। ਤੂੰ ਕੀ ਸਮਝਦੀ ਮੁੰਡੇ ਵਿਹਲੇ ਬੈਠੇ ਆ? ਆਪਣੇ ਕੰਮ ਤੇ ਆਏ ਅਗਲੇ, ਇਹਨੇ ਪੈਰ ਨੂੰ ਪੱਟੀ ਕਰਾਉਣ ਡਿਆ ਉਹਨੇ ਡਾਕਟਰ ਦੀ ਹੱਡੀ ਦੇ, ਤੇ ਔਰਤ ਵਾਲੇ ਪਾਸੇ ਵੇਖਣ ਦੇ। ਡਾਕਟਰ ਬੋਲਿਆ ਵੀ ਦਰਦ ਕਹਾਂ ਹੋਤੀ, ਇੱਥੇ ਹੁੰਦੀ ਹੈ ਜੀ, ਇੱਥੇ।